ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ, ਪਰ ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਐਸਾ ਪਿੰਡ ਹਰਦੋਵਾਲ ਕਲਾਂ ਜਿੱਥੇ ਪੰਚਾਇਤ ਬਣਾਉਣ ਲਈ, ਸਰਪੰਚ ਬਣਨ ਲਈ 2 ਕਰੋੜ ਦੀ ਬੋਲੀ ਲੱਗ ਗਈ। ਸਾਡੇ ਨਾਲ ਉਹ ਸ਼ਖਸ ਮੌਜੂਦ ਆ, ਗੱਲਬਾਤ ਕਰ ਲਾਂਗੇ ਕਿ 2 ਕਰੋੜ ਦੀ ਬੋਲੀ ਲੱਗੀ ਕਿੱਦਾਂ ਔਰ ਇਹ ਬੋਲੀ 2 ਕਰੋੜ ਤੱਕ ਪਹੁੰਚੀ ਕਿੱਦਾਂ। ਕੀ ਨਾਮ ਆ ਜੀ? ਮੇਰਾ ਆਤਮਾ ਸਿੰਘ ਹੈ, ਸਨ ਆਫ ਸਰਦਾਰ ਬਸਨ ਸਿੰਘ। ਅਸੀਂ ਬੀਜੇਪੀ ਦੇ ਵਰਕਰ ਹਾਂ, ਡੇਰਾ ਬਾਬਾ ਨਾਨਕ ਹਲਕਾ ਸਾਡਾ, ਅਤੇ ਹਰਦੋਵਾਲ ਕਲਾਂ ਦੇ ਰਹਿਣ ਵਾਲੇ ਹਾਂ। ਆਮ ਪਿੰਡਾਂ ਦੇ ਵਿੱਚ ਤਾਂ ਸਰਬ ਸੰਮਤੀ ਹੁੰਦੀ ਹੈ ਅਤੇ ਜਾਂ ਫਿਰ ਝਗੜਾ ਹੀ ਹੁੰਦਾ ਵਾ, ਵੋਟਾਂ ਹੀ ਪੈਂਦੀਆਂ। ਇਸ ਪਿੰਡ 'ਚ ਬੋਲੀ ਕਿੱਦਾਂ ਲੱਗ ਗਈ? ਨਹੀਂ ਜੀ, ਇਹ ਤਾਂ ਇੱਕ ਪਿੰਡ ਨੂੰ ਸ਼ੌਂਕ ਆ, ਪਿੰਡ ਨੂੰ ਸ਼ੌਂਕ ਸੀ ਵੀ ਆਪਾਂ ਸਰਪੰਚ ਉਹ ਬਣਾਉਣਾ ਜਿਹੜਾ ਪਹਿਲਾਂ ਪਿੰਡ ਦੇ ਵਿਕਾਸ ਵਾਸਤੇ ਕਰੂਗਾ, ਬਾਅਦ 'ਚ ਉਹਨੂੰ ਸਰਪੰਚ ਆਖਾਂਗੇ। ਅੱਗੇ ਹੁੰਦਾ ਸੀ ਪਿੰਡ ਦੀ ਆਮਦਨ ਬਹੁਤ, ਇਹ 'ਚ ਕੋਈ ਸ਼ੱਕ ਨਹੀਂ ਗਾ। ਆਖਿਰ 70 ਤੋਂ 60-80 ਲੱਖ ਤੱਕ ਵੀ ਬੋਲੀ ਜਾਂਦੀ ਰਹੀ ਆ, ਐਤਕਾਂ ਮੇਰਾ 65 ਲੱਖ 'ਤੇ ਗਈ ਸੀ। ਕਾਹਦੀ ਆਮਦਨ ਕਾਹਦੀ ਆ ਜਿਹੜੀ ਤੁਹਾਡੀ ਪੰਚਾਇਤ ਹੈ, ਕਿਸ ਚੀਜ਼ ਦੀ ਆਮਦਨ? ਪੰਚਾਇਤ ਦੀ ਜ਼ਮੀਨ ਹੈ ਸਾਡੀ, ਵਾਹੀ ਯੋਗ ਹੈ ਇਸ ਵੇਲੇ ਜਿਹੜੀ ਫਸਲ ਆ ਪੂਰੀ 17-18-11-21 ਪਰਮਲਾਂ ਲੋਕਾਂ ਲਾਈਆਂ, ਬਹੁਤ ਵਧੀਆ ਫਸਲਾਂ ਨੇ, ਇਹ 300 ਤੋਂ ਪਲੱਸ ਹੀ ਆ ਜੀ। ਇਸ ਵਾਰ ਫਿਰ ਕਿਸ ਤਰ੍ਹਾਂ ਮਨ ਬਣ ਗਿਆ ਸਾਰੇ ਪਿੰਡ ਦਾ ਕਿ ਬੋਲੀ ਲਵਾ ਦਿੱਤੀ ਜਾਏ? ਉਹਨਾਂ ਨੂੰ ਇਹ ਹੈ ਜੀ, ਕਈ ਸਾਲਾਂ ਤੋਂ 2003 'ਚ ਪਿਤਾ ਜੀ ਸਰਪੰਚ ਬਣੇ ਸੀ ਸਰਦਾਰ ਬਸਰ ਸਿੰਘ, ਅਤੇ ਉਹਨਾਂ ਪਿੰਡ ਦੇ ਵਿਕਾਸ ਵਾਸਤੇ ਬਹੁਤ ਕੁਝ ਕੀਤਾ ਸੀ ਲੱਭਦਾ ਉਦੋਂ ਦਾ, ਪੰਚਾਇਤ ਘਰ ਜਾਂ ਹੋਰ ਮੰਨ ਲਓ ਜੰਝ ਘਰ, ਗਲੀਆਂ ਸਾਰੀਆਂ ਇੱਟਾਂ ਦੀਆਂ ਬਣਵਾਈਆਂ, ਪਏ ਕਰਵਾਏ ਮੜੀਆਂ ਦੇ, ਸਾਰਾ ਕੰਮ ਜਰਨੇਟਰ ਲਵਾਏ ਮੜੀਆਂ 'ਚ, ਉਹਦੇ 'ਚ ਇਹ ਵੀ ਚਲੋ ਪਿੰਡ ਦੀਆਂ ਕਈ ਮੁਸ਼ਕਲਾਂ ਆਉਂਦੀਆਂ, ਉਹਦੇ 'ਚ ਸਭ ਤੋਂ ਵਧੀਆ ਕੰਮ ਜਿਹੜਾ ਸੀ ਕੀਤਾ। ਉਹਦੇ ਤੋਂ ਬਾਅਦ ਕੋਈ ਐਤਕਾਂ ਨਾ, ਤਾਂ ਤੁਹਾਨੂੰ ਪਤਾ ਵੀ ਬੀਜੇਪੀ ਦਾ ਵੀ ਬੜਾ ਰੌਲਾ ਚੱਲ ਰਿਹਾ ਸੀ, ਪਰ ਫਿਰ ਵੀ ਅਸੀਂ ਪਾਰਟੀ ਦੇ ਪੂਰੇ ਵਰਕਰ ਬਣ ਕੇ ਕੰਮ ਕਰਨ ਡੇ ਹਾਂ। ਪਿੰਡ ਨੇ ਮੌਕਾ ਇਹ ਦਿੱਤਾ ਐਤਕਾਂ ਵੀ ਪਾਰਟੀਆਂ ਦੇ ਅੱਗੇ ਸਾਰੀਆਂ ਖਲੋਂਦੀਆਂ, ਜਾਂ ਹਰ ਇੱਕ ਪਾਰਟੀ ਪੈਸੇ ਦੇ ਕੇ ਬਣ ਜਾਂਦੇ ਆ, ਅਤੇ ਉਹ ਆਪਦੀ ਮਰਜ਼ੀ ਨਾਲ ਬਾਅਦ 5 ਸਾਲ ਪੈਸੇ ਹੱਥ ਨਹੀਂ ਲੱਗਣ ਦਿੰਦੇ ਪਿੰਡ ਦੀ ਜਿਹੜੀ ਆਮਦਨ ਆ ਉਹਦੇ 'ਤੇ। ਇਹ ਆ ਵੀ ਫਿਰ ਪਿੰਡ ਵਾਲਿਆਂ ਕੁਝ 2-3 ਦਿਨ ਤੋਂ ਅਲੋਸਮੈਂਟਾਂ ਆ ਰਹੀਆਂ ਸੀ ਵੀ ਪਿੰਡ ਦਾ ਸਰਪੰਚ ਉਹ ਹੀ ਹੋਏਗਾ ਜਿਹੜਾ ਐਤਕਾਂ ਪਿੰਡ ਦੇ ਵਿਕਾਸ ਵਾਸਤੇ ਪੈਸੇ ਖਰਚ ਕਰੇਗਾ, ਅਤੇ ਖਰਚ ਕਰਕੇ ਫਿਰ ਜਿਹੜਾ ਸਰਪੰਚ ਵੱਧ ਦਏਗਾ ਉਹ ਹੀ ਸਰਪੰਚ ਦਾ ਦਾਅਵੇਦਾਰ ਹੋਏਗਾ। ਫਿਰ 2 ਦਿਨ ਤੋਂ ਬੋਲੀ ਦੀ ਆਵਾਜ਼ ਆ ਰਹੀ ਸੀ, ਫਿਰ ਕੱਲ੍ਹ ਜਿਹੜਾ 65 ਲੱਖ ਤੱਕ ਗੁਰਦੁਆਰਾ ਸਾਹਿਬ ਵੀ ਆਵਾਜ਼ਾਂ ਆਉਂਦੀਆਂ ਰਹੀਆਂ, ਬਾਅਦ 'ਚ ਪੰਚਾਇਤ ਘਰ 'ਚ ਟਾਈਮ ਰੱਖਿਆ ਗਿਆ, ਚਲੋ ਕੁਝ ਪਾਰਟੀਆਂ ਨਹੀਂ ਆਈਆਂ, ਪਰ ਫਿਰ ਵੀ ਬੋਲੀ 3 ਵਜੇ ਤੱਕ ਲਾਸਟ ਫਾਈਨਲ ਹੋਈ, ਕਿਉਂਕਿ ਟਾਈਮ ਬਹੁਤ ਰੱਖਤਾ ਇਹਨਾਂ। ਫਿਰ ਵੀ ਫਾਈਨਲ ਹੋਣ ਤੋਂ ਬਾਅਦ ਵੀ ਸਵੇਰ ਅੱਜ 9 ਵਜੇ ਤੱਕ ਟਾਈਮ ਹੈਗਾ ਸੀ ਵੀ ਕੋਈ ਇਹ ਨਾ ਆਖੇ ਵੀ ਮੈਂ ਰੁਝੇਵਿਆਂ 'ਚ ਲੱਗਾ ਸੀ, ਮੈਨੂੰ ਪਤਾ ਨਹੀਂ ਲੱਗਾ, ਮੈਂ ਪਿੰਡ ਵਾਸਤੇ ਕੁਝ ਕਰਨਾ ਚਾਹੁੰਦਾ ਹਾਂ। 2 ਕਰੋੜ ਦੀ ਫਾਈਨਲ ਹੋਈ ਆ। ਹੁਣ ਬੋਲੀ 2 ਕਰੋੜ ਤੋਂ ਕੋਈ ਹੋਰ ਵਧਾ ਦੇਗਾ, ਅਤੇ ਤੁਸੀਂ ਕਿੱਥੋਂ ਤੱਕ ਮਨ ਬਣਾਇਆ? ਨਹੀਂ ਜੀ, ਵੇਖੋ ਅੱਜ ਤੱਕ ਟਾਈਮ ਹੀ, ਹੁਣ ਖੇਡ ਤਾਂ ਹੈ ਨਹੀਂ ਇੰਨਾ ਟਾਈਮ ਨਹੀਂ ਲੋਕਾਂ ਕੋਲ, ਪਰ ਬਾਕੀ ਬੋਲੀ ਜਾਂਦੀ ਸੀ ਜਿੱਥੋਂ ਤੱਕ, ਅੱਜ ਵੀ ਤਿਆਰ ਹਾਂ, ਸਵੇਰ ਵਾਸਤੇ ਵੀ ਤਿਆਰ ਹਾਂ, ਬੈਠੇ ਹਾਂ ਵੀ ਕੋਈ ਸੁਨੇਹਾ ਆਵੇ ਤਾਂ ਜਾਵਾਂਗੇ, ਨਹੀਂ ਤਾਂ ਪਿੰਡ ਨੇ ਜੋ ਕੱਲ੍ਹ ਦਾ ਕਹਿ ਤਾ ਵੀ 2 ਲੱਖ ਦਾ ਚੈੱਕ, 2 ਕਰੋੜ ਦਾ ਚੈੱਕ ਆ ਜਿਹੜਾ ਉਹ ਸਾਡੇ ਸਵੇਰ ਘਰ ਤੋਂ ਆਣ ਕੇ ਗ੍ਰਹਿ ਪਹੁੰਚਿਓ, ਸਾਰੇ ਨਗਰ ਸਾਰਾ ਇਕੱਠਾ ਹੋ ਗਏ, ਅਤੇ ਅਸੀਂ ਜਿਹੜਾ ਚੈੱਕ ਆ ਉਹ ਤੁਹਾਡੇ ਹੱਥ ਧਰਾਂਗੇ, ਤੁਸੀਂ ਕਿਤੇ ਵੀ ਵਰਤ ਸਕਦੇ, ਕਿਉਂਕਿ ਇੱਥੇ ਪਾਣੀ ਦੀ ਸਮੱਸਿਆ ਬੜੀ ਹੈ। ਜੇ 2 ਕਰੋੜ ਦੀ ਗੱਲ ਕੀਤੀ ਜਾਵੇ, ਜੇ ਮੰਨ ਲਓ ਤੁਹਾਨੂੰ ਮੌਕਾ ਦੇ ਹੀ ਦਿੰਦੇ ਆ ਪਿੰਡ ਵਾਲੇ, 2 ਕਰੋੜ ਰੁਪਈਏ ਤੁਸੀਂ ਚੈੱਕ ਦੇ ਦਿੱਤਾ ਉਹਨਾਂ ਨੂੰ, ਉਸ ਤੋਂ ਮਗਰੋਂ ਇਹ 2 ਕਰੋੜ ਜਾਂ ਜਿਹੜੀ ਤੁਹਾਡੇ ਪਿੰਡ ਦੀ 300 ਏਕੜ ਦੀ ਆਮਦਨ ਵਾ ਉਹਨੂੰ ਕਿਸ ਤਰੀਕੇ ਨਾਲ ਵਰਤਿਆ ਜਾਏਗਾ? ਉਹ ਤਾਂ ਜੀ ਜਿਸ ਤਰ੍ਹਾਂ ਅਸੀਂ ਇਹ 2 ਕਰੋੜ ਵਰਤਾਂਗੇ ਉਸ ਤਰ੍ਹਾਂ ਹੀ ਉਹਨੂੰ ਵਰਤਾਂਗੇ ਸਾਰੇ ਇਕੱਠੇ ਹੋ ਕੇ, ਇਹਦੇ 'ਚ ਅਸੀਂ BJP ਦੇ ਮੈਂਬਰ ਬਣਾਵਾਂਗੇ, ਇਹ ਨਹੀਂ ਹੋਊਗਾ ਵੀ ਉਹਨੂੰ ਪਾ ਲਓ ਉਹਨੂੰ ਪਾ ਲਓ, ਜਦੋਂ ਪੈਸੇ ਖਰਚਣੇ ਆ ਤਾਂ ਫਿਰ ਤਾਂ
ਆਪਦਾ ਹੀ ਮੈਂਬਰ ਬਣਾਉਣੇ, ਆਪਦਾ ਹੀ ਸਰਪੰਚ ਕਹਾਵਾਂਗੇ। ਅਤੇ ਇਸ ਕਰਕੇ ਫਿਰ ਇਹ ਤਾਂ ਪਿੰਡ ਦਾ ਮੁੱਲ ਪਾਇਆ ਜਾਂ ਕੁਛ ਪਾਇਆ, ਇਹ ਤਾਂ ਪਿੰਡ 'ਤੇ ਹੀ ਡਿਪੈਂਡ ਆ। ਆਪਾਂ ਤਾਂ ਕੁਛ ਨਹੀਂ, ਸੀਵਰੇਜ ਦਾ ਕੰਮ ਆ, ਹੋਰ ਵੀ ਬਹੁਤ ਜ਼ਿਆਦਾ ਕੰਮ ਲੰਬੇ ਆ ਜਿਹੜੇ ਅਧੂਰੇ ਆ, ਉਹ ਇਸ 2 ਕਰੋੜ ਨਾਲ ਪੂਰਾ ਕਰਾਂਗੇ। ਅੱਗੋਂ ਬੋਲੀ ਫਿਰ ਆਉਣ ਵਾਲੀ ਪੰਚਾਇਤ ਦੀ, ਉਹ ਜਿੱਦਾਂ ਗਾਂਹ ਚੱਲੇਗੀ ਮਤੇ ਅਨੁਸਾਰ ਪੰਚਾਇਤ ਦੇ ਲਾਵਾਂਗੇ। ਪਿੰਡ ਦੀ ਪੰਚਾਇਤ ਦੀ ਲੱਗੀ ਬੋਲੀ 2 ਕਰੋੜ ਤੱਕ ਪਹੁੰਚੀ ਬੋਲੀ, 50 ਲੱਖ ਤੋਂ ਸ਼ੁਰੂ ਹੋ ਕੇ 2 ਕਰੋੜ ਤੱਕ ਪਹੁੰਚ ਗਈ ਆ। ਹੁਣ ਦੇਖਣ ਵਾਲੀ ਗੱਲ ਆ, ਇੰਤਜ਼ਾਰ ਕਰ ਰਹੇ ਨੇ ਕਿ ਕੋਈ 2 ਕਰੋੜ ਦੀ ਬੋਲੀ ਵਧਾਉਣ ਲਈ ਆਏਗਾ, ਸਰਪੰਚੀ ਦੇਣ ਲਈ ਪਿੰਡ ਪਹੁੰਚਣਗੇ ਕਿ ਜਾਂ ਫਿਰ ਬਾਕੀ ਪੰਜਾਬ ਵਾਂਗੂ ਇੱਥੇ ਵੀ ਵੋਟਾਂ ਪੈਣਗੀਆਂ, ਇਹ ਵੀ ਪਤਾ ਕੁਝ ਦਿਨਾਂ ਬਾਅਦ ਲੱਗ ਜਾਏਗਾ। ਕੈਮਰਾਮੈਨ ਪੰਟੀ ਦੇ ਨਾਲ ਔਨ ਏਅਰ ਲਈ ਨਿਤਿਨ ਲੂਥਰਾ, ਬਟਾਲਾ।